ਆਪੋ ਆਪਣੇ ਪਸ਼ੂ ਲੈ ਕੇ ਇੱਥੇ ਪਹੁੰਚਣ ਦੀ ਖੇਚਲ ਕਰ। ਲਾਈਟ ਕੰਟਰੋਲ ਵੀ ਨਹੀਂ ਇੱਥੇ ਕੰਮ ਕਰਦਾ ਨਾ। ਇਹ ਕੋਈ ਸਾਡੇ ਕੋਲ ਨਹੀਂ ਆਇਆ ਇਹ ਝੋਟਾ, ਤੇ ਹੁਣ ਲਵੇਰੀਆਂ ਮੱਝਾਂ ਜਿਹੜੀਆਂ ਨੇ ਉਹ ਕਿਰਪਾ ਕਰਕੇ ਨੀਲੀ ਰਾਣੀ ਦਾ ਪਸ਼ੂਆਂ ਵਾਲੇ ਸੱਜਣਾ ਅੱਗੇ ਬੇਨਤੀ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਜਿਹੜੇ ਜਿੰਨਾ ਪਸ਼ੂਆਂ ਦੇ ਮਈਆਂ ਦੇ ਪੈਰ ਤੇ ਪੂਛਲਾਂ ਤੇ ਮੱਥੇ, ਮਤਲਬ ਪੰਜ ਕਲਿਆਣੀਆਂ ਜਿਹਨੂੰ ਅਸੀਂ ਕਹਿੰਦੇ ਹੁੰਦੇ ਹਾਂ, ਉਹ ਮੱਝਾਂ ਜ਼ਰੂਰ ਲਿਆਉਣ। ਲਵੇਰੀਆਂ ਮੱਝਾਂ ਪਹਿਲਾਂ ਆਉਣੀਆਂ ਚਾਹੀਦੀਆਂ ਨੇ ਜੀ, ਜਿਹੜੀਆਂ ਅਜੇ ਚੋਕਣਾਂ ਨੇ, ਫਿਰ ਵਾਰੀ ਆ ਉਹਨਾਂ ਨੂੰ ਸਦਾਂਗੇ। ਲਵੇਰੀਆਂ ਮੱਝਾਂ ਨੀਲੀ ਬਾਰ ਦੀਆਂ ਜਿਹੜੇ ਨੇ ਸਰੀਰ ਉਹ ਵੀ ਸਾਰੇ ਆ ਜਾਣ ਬਿਨਾਂ। ਨੀਲੀ ਬਾਰ ਦੀਆਂ ਲਵੇਰੀਆਂ ਮੱਝਾਂ ਦੀ ਪ੍ਰਦਰਸ਼ਨੀ ਹੋ ਰਹੀ ਹੈ। ਨੀਲੀ ਬਾਰ ਦੀਆਂ ਲਵੇਰੀਆਂ ਮੱਝਾਂ ਸਾਰੀਆਂ
ਇਧਰ ਹੋ ਜਾਓ ਫੋਟੋ ਦਲਜੀਤ ਸਾਈਡ ਤੇ ਉਹੀ ਫੜਿਆ ਉਹੀ ਫਲੋਣ ਜਿਹੜਾ ਫੜ ਕੇ ਤੂੰ ਇਧਰ ਹੋ ਜਾ ਦੂਰ ਨੀ ਮਾਜੀ ਦੀ ਸਾਈਡ ਲੈਣੀ ਬੈਕ ਲਾਈਟ ਕੰਟਰੋਲ ਤੇ ਬਿਲਕੁਲ ਡਾਰਕ ਹੈ ਨਹੀਂ ਚੱਲਦੀ ਬੰਦ ਨਹੀਂ ਹੋਈ ਉਹ ਚੱਲਦੀ ਆ ਜਿਹੜੇ ਪਸ਼ੂ ਨੂੰ ਚਿੱਟਾ ਫੁੱਲ ਲੱਗੇ ਉਹਨੂੰ ਪਹਿਲਾਂ ਇਨਾਮ ਸਬਰ ਕੀਤਾ ਜਾਣਾ ਚਾਹੀਦਾ ਕੀਤਾ ਜਾਂਦਾ ਜਿਹਨੂੰ ਪੀਲਾ ਫੁੱਲ ਲੱਗੇਗਾ ਉਹ ਦੂਸਰਾ ਨਾਮ ਹੋਵੇਗਾ ਜਿਹਨੂੰ ਲਾਲ ਫੁੱਲ ਲੱਗੇਗਾ ਉਹ ਤੀਸਰਾ ਨਾਮ ਹੋਵੇਗਾ ਬਾਕੀ ਉਹ ਹਿਸਾਬ ਲਾ ਲੈਣ ਕਿਹੜੇ ਪਸ਼ੂ ਨੂੰ ਪਹਿਲਾਂ ਨਾਮ ਕਿਹੜੇ ਨੂੰ ਦੂਸਰਾ ਕਿਹੜੇ ਨੂੰ ਤੀਸਰਾ ਨਾਮ ਮਿਲਿਆ ਸਰਦਾਰ ਨੂੰ ਪਹਿਲਾ ਨਾਮ ਪ੍ਰਾਪਤ ਹੋਇਆ ਇਸੇ ਤਰ੍ਹਾਂ ਦੂਸਰਾ ਨਾਮ ਪਹਿਲਾ ਨਾਮ ਸਰਦਾਰ ਹਰਬੰਸ ਸਿੰਘ ਜੀ ਸ੍ਰੀ ਭੈਣੀ ਸਾਹਿਬ ਕੋਈ ਨਹੀਂ
ਨੇੜੇ ਰੱਖੂ ਉਹਨਾਂ ਦੀ ਵਾਰ ਵੀ ਆ ਜਾਏਗੀ ਹੁਣੇ ਹੀ। ਕੱਪੜਾ ਮੱਝਾਂ ਨੀਲੀ ਰਾਵੀਆਂ ਕੱਪੜਾ ਮੱਝਾਂ ਨੀਲੀ ਲਾਵੀ ਦੀਆਂ ਛੇਤੀ ਤੋਂ ਛੇਤੀ ਗਰਾਊਂਡ ਵਿੱਚ ਆ ਜਾਣ। ਨੀਲੀ ਰਾਵੀ ਦੀਆਂ ਕੱਪੜਾ ਮੱਝਾਂ ਪਹਿਲਾਂ ਪੰਜ ਕਲਿਆਣੀਆਂ ਕੱਪੜਾ ਮੱਝਾਂ ਨੀਲੀ ਰਾਵੀ ਦੀਆਂ ਹੋਣ, ਉਸ ਤੋਂ ਬਾਅਦ ਫਿਰ ਕਾਲੀਆਂ ਮੱਝਾਂ ਸੱਦਿਆ ਜਾਵੇਗਾ। ਮੈਂ ਸਭ ਸੱਜਣਾਂ ਦੀ ਸੇਵਾ ਵਿੱਚ ਬੇਨਤੀ ਕਰਦੇ ਹਾਂ ਕਿ ਜਿਹੜੀ ਪੰਥ ਨੂੰ ਇਨਾਮ ਸ਼ਾਮ ਨੂੰ 4 ਵਜੇ ਸਾਡੇ ਮੰਤਰੀ ਜੀ ਸ਼੍ਰੀ ਕਾਸ਼ੀਰਾਮ ਜੀ ਇੱਥੇ ਆਉਣਗੇ, ਉਹਨਾਂ ਦੇ ਹੱਥੀ ਸਾਰਿਆਂ ਨੂੰ ਇਨਾਮ ਮਿਲਣਗੇ। ਉਸ ਵੇਲੇ ਸਭ ਸੱਜਣ ਜਿਹੜੇ ਜਿਨ੍ਹਾਂ ਨੇ ਇਨਾਮ ਲੈਣੇ ਨੇ ਅਤੇ ਬਾਕੀ ਦਰਸ਼ਕ ਵੀ ਹੁਮ ਹੁਮ ਆ ਕੇ ਇੱਥੇ ਪੁੱਜਣ। ਸ਼ਾਮ ਨੂੰ 4 ਵਜੇ ਇਨਾਮ ਤਕਸੀਮ ਹੋਣਗੇ। ਦੂਸਰੇ ਨੰਬਰ ਵਾਲੇ ਜਿਹੜੇ ਨੇ ਉਹ ਤਿਆਰ ਰਹਿਣ ਆਪਣੇ ਥਾਂ। ਹੁਣ ਕਿਹੜਾ ਨਹੀਂ ਆਉਣੇ
ਗਈ ਨਹੀਂ ਹੈ। ਬੈਠੇ ਹੀ ਰੋਲ ਲਾਉਂਦਿਆਂ ਦੀ ਲੈਣੀ ਚਾਹੀਦੀ ਸੀ ਮਤਲਬ ਸਾਰੇ ਇਕੱਠਿਆਂ ਦੀ ਜੇ ਇੱਕ ਦੀ ਲਾਣੀ ਹੋਵੇ ਉਹ ਤਾਂ ਦਵਾ ਦਵਾ ਭਾਗ ਭਾਗ ਕੇ ਨਾ ਇਕੱਲੇ ਛੱਡੇ ਕਿਉਂਕਿ ਲੜਾ ਫਿਰ ਚੱਲ ਕੱਲ੍ਹ ਖਿੱਚਣੀਆਂ ਸੀ ਨਾ ਤਾਂ ਮੈਂ ਦੇਰ ਬੜੀ ਲੱਗੀ ਹਰੇਕ ਜਾਣਾ ਪੈਣਾ ਕੈਮਰੇ ਨਾਲ ਕੱਲ੍ਹ ਖਿੱਚਣੀਆਂ ਸੀ ਕੈਮਰੇ ਨਾਲ ਇੱਕ ਬੰਦੇ ਫੋਟੋ ਸਾਰਿਆਂ ਨੂੰ ਕਹਿਤਾ ਜਿੰਨਾਂ ਨੇ ਨਹੀਂ ਖਿੱਚੀਆਂ ਸਟਾਫ ਨੂੰ ਵਿਛਾ ਕੇ ਉੱਥੇ ਪਾਠੀ ਨੂੰ ਪਾ ਕੇ ਨਾ ਅਤੇ ਅੱਗੇ ਰੱਖ ਕੇ ਸੀ ਜੀ ਇੱਕ ਇੱਕ ਨੂੰ ਭਾਗਦਾ ਉਹਦਾ ਉਠਾਈ ਜਾਏ ਜੀ ਮਿਡਲ ਕੈਮਰੇ ਨਿੰਦਰ ਸਿੰਘ ਜੀ ਸਾਈਡ ਤੇ ਸਾਈਡ ਤੇ ਰਣਿੰਦਰ ਜੀ ਦਲਜੀਤ ਸਾਈਡ ਤੇ ਨੀਲੀ ਰਾਵੀ ਦੀਆਂ ਝੋਟੀਆਂ ਇੱਕ ਗੱਲ ਬੜੇ ਧਿਆਨ ਨਾਲ ਸੁਣ ਲਿਓ ਪਸ਼ੂਆਂ ਵਾਲੇ ਸੱਜਣ ਸੇਵਾ ਵਿੱਚ ਬੇਨਤੀ ਹੈ ਕਿ ਕਿਸੇ ਸੱਜਣ ਦੀ ਝੋਟੀ ਚਾਰ ਦੰਦ ਤੋਂ ਵੱਧ ਨਾ ਹੋਵੇ ਛਿਆ ਦੰਦਾਂ ਵਾਲੀ ਨਾ ਹੋ ਜਿਹੜੀ ਹੈ ਨਾ ਜਿਹਨੂੰ ਛਿੱਬੀਆਂ ਮੇਰਾ ਦੂਸਰੀ ਛਿਆ ਦੰਦਾਂ ਵਾਲੀ ਉਹ ਨਾ ਹੋਵੇ ਚੌਵੀਆਂ ਝੋਟੀਆਂ ਹੋਣ ਨੀਲੀ ਰਾਵੀ ਦੀਆਂ ਚੌਵੀਆਂ ਝੋਟੀਆਂ ਨੀਲੀ ਰਾਵੀ ਦੀ ਛੇ ਦੰਦ ਵਾਲੀ ਕੋਈ ਝੋਟੀ ਨੀ ਲੈ ਸੱਜਣ ਲਿਆਉਣ ਦੀ ਖੇਚਲ ਨਾ ਕਰੇ ਰਾਵੀ ਨਸਲ ਦੀਆਂ ਝੋਟੀਆਂ ਚੌਵੀਆਂ ਦੀ ਪ੍ਰਦਰਸ਼ਨੀ ਚੱਲ ਰਹੀ ਹੈ ਮੈਂ ਅੱਗੇ ਸਵੇਰੇ ਅਰਜ਼ ਕੀਤੀ ਸੀ ਇਹ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਚਲਾਈ ਹੋਈ ਪਰੰਪਰਾ ਬੜੇ ਚਿਰ ਤੋਂ ਇਸ ਪਸ਼ੂ ਪ੍ਰਦਰਸ਼ਨੀ ਵਿੱਚ ਆਮ ਤੌਰ 'ਤੇ ਪਹਿਲੇ ਨੰਬਰ 'ਤੇ ਗਾਈਆਂ ਨੂੰ ਖਾਸ ਕਰਕੇ ਸੱਦਿਆ ਜਾਂਦਾ ਹੁੰਦਾ ਸੀ ਗਊਆਂ ਦੇ ਪਾਲਕਾਂ ਨੂੰ ਅਤੇ ਗਊਆਂ ਨੂੰ ਖਾਸ ਥਾਂ ਦਿੱਤਾ ਜਾਂਦਾ ਸੀ ਪਰ ਮੈਂ ਸਵੇਰੇ ਅਰਜ਼ ਕੀਤੀ ਸੀ ਕਿ ਉਹ ਕਿਉਂਕਿ ਹੁਣ ਉਹ
ਜਿਨ੍ਹਾਂ ਪਸ਼ੂਆਂ ਨੂੰ ਇੱਥੇ ਤਰਜੀਹ ਦਿੱਤੀ ਜਾਂਦੀ ਸੀ ਨਾ, ਉਹਨਾਂ ਦੀ ਘਾਟ ਪ੍ਰਦਰਸ਼ਨੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਾਰਮ ਵਿੱਚ ਖਾਸ ਕਰਕੇ ਹਰਿਆਣਾ ਨਸਲ ਅਤੇ ਸਾਹੀਵਾਲ ਨਸਲ ਜਾਂ ਰਾਜਸਥਾਨ ਦੀਆਂ ਗਾਈਆਂ ਜਿਹੜੀਆਂ ਨੇ ਉਹਨਾਂ ਨੂੰ ਖਾਸ ਕਰਕੇ ਇੱਥੇ ਸਾਥ ਦਿੱਤਾ ਜਾਂਦਾ ਸੀ। ਉਹਨਾਂ ਗਾਈਆਂ ਵਿੱਚ ਕਿੰਨੀ ਕੁ ਸਫਲਤਾ ਸੱਚੇ ਪਾਤਸ਼ਾਹ ਨੇ ਪ੍ਰਾਪਤ ਕੀਤੀ ਹੈ ਹੁਣ ਤੱਕ। ਇਹ ਸੱਜਣ ਜਿਨ੍ਹਾਂ ਨੂੰ ਨਾਮਧਾਰੀ ਫਾਰਮਾਂ ਨਾਲ ਸੰਬੰਧ ਹੈ ਉਹਨਾਂ ਨੂੰ ਪਤਾ ਹੋਏਗਾ ਜਾਂ ਅਖਬਾਰਾਂ ਪੜ੍ਹਨ ਨੂੰ ਇਹ ਪਤਾ ਹੋਏਗਾ ਕਿ ਭਾਰਤ ਰਤਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸਾਗਰ ਜੀ ਨੇ ਪਿੰਡਾਂ ਵਿੱਚ ਫਿਰ ਕੇ ਪਤਾ ਕੀਤਾ ਵੀ ਜੇ ਉਹ ਗਾਈਆਂ ਹੋਣ ਤਾਂ ਉਹ ਆਉਣ ਇੱਥੇ ਪ੍ਰਦਰਸ਼ਨੀ ਵਿੱਚ, ਪਰ ਉਹ ਗਾਈਆਂ ਜੋ ਕਿ ਨਹੀਂ ਮਿਲੀਆਂ ਇਸ ਵਾਸਤੇ ਉਹਨਾਂ ਨੇ ਤਾਂ ਹੁਣ ਇਹ ਮੁੱਢ ਜਿਹੜਾ ਮੱਝਾਂ ਤੋਂ ਬੰਨਿਆ ਗਿਆ। ਦਰਅਸਲ ਇਹਨਾਂ ਵਿੱਚ ਪਹਿਲ ਜਿਹੜੀ ਹੁੰਦੀ ਸੀ ਉਹ ਗਾਈਆਂ ਨੂੰ ਹੁੰਦੀ ਸੀ, ਅਤੇ ਦੇਸੀ ਗਾਈਆਂ ਭਾਰਤੀ ਗਾਈਆਂ ਭਾਰਤੀ ਨਸਲ ਜਿਹੜੀ ਹੈ ਉਹ ਸਾਡੇ ਵਿੱਚੋਂ ਮੈਂ ਗਿਰਦ ਕੀਤੀ ਸੀ ਕਿ ਸਾਨੂੰ ਇੱਕ ਸਾਡੀ ਪੁਰਾਣੀ ਇੱਕ ਰਵਾਇਤ ਹੈ ਵੀ ਅਸੀਂ ਵਰਦੇ ਹਾਂ ਹਰ ਗੱਲ ਮੁੱਖਾ ਕਈਆਂ ਵਾਲਾ ਜੇ ਕਿੱਥੇ ਸੱਦਿਆ ਸੀ ਉੱਥੇ ਉਹ ਨਹੀਂ ਅਜੇ ਰੁਕ ਨਹੀਂ ਸਕਦਾ। ਪਿਛਲੇ ਕੁਛ ਸਾਲਾਂ ਤੋਂ ਸਾਡੇ ਕੁਛ ਇਹ ਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਇੱਕ ਭਾਵਨਾ ਦੇ ਰੂਪ 'ਚ ਗੱਲ ਕਰੀ ਆ ਰਹੀ ਹੈ ਪਹਿਲਾਂ ਤੋਂ ਹੀ ਕਿ ਬਈ ਮੱਝਾਂ ਦਾ ਗਾਈਆਂ ਦਾ ਆਪਣੀ ਆਪਣੀ ਜਗ੍ਹਾ ਮੁਕਾਬਲਾ ਕਰਕੇ ਬਾਅਦ ਸਭ ਤੋਂ ਸਰਵੋਤਮ ਪਸ਼ੂ ਜਿਹੜਾ ਚੁਣਿਆ ਜਾਂਦਾ ਸੀ ਉਹ ਗਾਈਆਂ ਵਿੱਚੋਂ ਹੀ ਕੋਈ ਗਾਂ ਸਾਂਡ ਜਾਂ ਵੱਛਾ ਜਾਂ ਵੱਛੀ ਕੋਈ ਉਹ ਚੁਣਿਆ ਜਾਂਦਾ ਸੀ।
ਯਾਨੀ ਗਾਈਆਂ ਨੂੰ ਹਰ ਪੱਖ ਤੋਂ ਅੱਗੇ ਜਾਂਦਾ ਜਾਂਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਇਹ ਤਜਰਬਾ ਕੀਤਾ ਔਰ ਉਹਨਾਂ ਨੇ ਇੱਕ ਜਿਹੜਾ ਉਹਨਾਂ ਦਾ ਆਖਰੀ ਵਕਤ ਦਾ ਉਹਦਾ ਭਾਸ਼ਣ ਆਇਆ ਇਸ ਸੰਬੰਧ 'ਚ, ਉਹਦੇ 'ਚ ਉਹਨਾਂ ਨੇ ਦੱਸਿਆ ਕੋਈ ਦੋ ਗਾਈਆਂ ਦੋ ਮੱਝਾਂ ਜਿੰਨਾ ਖਾਂਦੀਆਂ ਨੇ, ਇੱਕੋ ਜਿਹੜਾ ਦੇਣ ਵਾਲੀਆਂ ਤਿੰਨ ਗਾਈਆਂ ਉਹਨਾਂ ਖਾਂਦੀਆਂ ਨੇ, ਉਹਨਾਂ ਦਾ ਦੁੱਧ ਤਿੰਨਾਂ ਦਾ ਜ਼ਿਆਦਾ ਹੈ, ਦੁੱਧ ਇੱਕ ਗਾਂ ਦਾ ਇੱਕ ਮੱਝ ਦੇ ਬਰਾਬਰ ਹੈ, ਲੇਕਿਨ ਦੋ ਮੱਝੀ ਤਿੰਨ ਗਾਈਆਂ ਜਿੰਨਾ ਖਾ ਜਾਂਦੀਆਂ ਨੇ। ਸੋ ਇਹ ਹਾਲਾਤ ਇੱਥੋਂ ਦਾ ਵੇਖ ਕੇ ਬਈ ਸਾਰੀ ਨਸਲ ਬਾਹਰਲੀ ਲਿਆ ਕੇ ਇੱਥੇ ਸਾਰੇ ਪਿੰਡਾਂ ਵਿੱਚ ਜਗ੍ਹਾ ਜਗ੍ਹਾ 'ਤੇ ਦੇ ਦਿੱਤੀ ਗਈ ਅਤੇ ਉਹ ਮੁਕਾਬਲਾ ਕਿਸ ਚੀਜ਼ ਦਾ ਕੀਤਾ ਜਾਵੇ, ਆਪਣੀ ਨਸਲ 'ਤੇ ਹਰਿਆਣਾ ਜਾਂ ਸਾਹੀਵਾਲ ਦਾ ਇੱਥੇ ਮੁਕਾਬਲਾ ਕੀਤਾ ਜਾਂਦਾ ਸੀ, ਉਹ ਤਾਂ ਰਹਿ ਨਹੀਂ ਗਈ। ਗੌਰਮੈਂਟ ਦੇ ਫਾਰਮਾਂ ਵਿੱਚ ਕਰਨਾਲ, ਮੇਰਠ, ਫਿਰੋਜ਼ਪੁਰ, ਅੰਬਾਲਾ ਬਹੁਤ ਅੱਛੀਆਂ ਗਈਆਂ ਸਨ, ਸਭ ਜਗ੍ਹਾ 'ਤੇ ਖਤਮ ਹੋ ਗਈਆਂ, ਸਭ ਦੂਸਰੀ ਬਰੀਡ ਲਿਆ ਕੇ ਅਤੇ ਉਹਨਾਂ ਨੇ ਉੱਥੇ ਇਹ ਇਸ ਬਰੀਡ ਰੱਖ ਲਈ ਆ, ਇਸ ਬਰੀਡ ਨੂੰ ਹੀ ਉਹਨਾਂ ਕਰਨ ਦਾ ਯਤਨ ਕਰ ਰਹੇ ਨੇ। ਲੇਕਿਨ ਹੁਣ ਕੁਛ ਦੇਰ ਤੋਂ ਇਹ ਉਹਨਾਂ ਨੂੰ ਪਤਾ ਲੱਗ ਗਿਆ ਬਈ ਇਹ ਉਹਨਾਂ ਤੋਂ ਹੋ ਨਹੀਂ ਸਕਦੇ, ਬਿਮਾਰੀਆਂ ਦੀ ਰੋਕ ਕਰਨ ਦੀ ਇਹਨਾਂ ਵਿੱਚ ਕੋਈ ਸ਼ਕਤੀ ਨਹੀਂ। ਤੁਸੀਂ ਇਹ ਬਹੁਤ ਸਾਰੇ ਸੱਜਣਾਂ ਨੂੰ ਨਹੀਂ ਪਤਾ ਹੋਣਾ ਕਿ ਸਾਡੇ ਦੇਸ਼ ਦੀ ਇਹ ਨਸਲ ਸਾਹੀਵਾਲ, ਸਾਡੇ ਦੇਸ਼ ਦੀ ਇੱਕ ਨਸਲ ਗੀਰ ਹੈ ਜਿਹੜੀ ਸੌਰਾਸ਼ਟਰ ਵਿੱਚ ਜਾਂ ਗੁਜਰਾਤ ਵਿੱਚ ਹੈ ਜਾਂ ਕੁਛ ਗਾਈਆਂ ਉਹਨਾਂ ਦੀਆਂ ਬੰਬਈ ਵਿੱਚ ਵੀ ਦੇਖਣ ਨੂੰ ਆਉਂਦੀਆਂ ਨੇ। ਇਹ ਨਸਲਾਂ ਇਸ ਦੇਸ਼ ਤੋਂ ਬਾਹਰ ਲਿਜਾ ਕੇ ਅਤੇ ਉਹਨਾਂ ਨੇ ਉੱਥੇ ਇਹਨਾਂ ਨੂੰ ਇੰਨਾ ਉੱਨਤ ਕੀਤਾ, ਉੱਥੋਂ ਉਹਨਾਂ ਨੇ ਦੂਸਰੇ ਦੇਸ਼ਾਂ ਵਿੱਚ ਭੇਜਣੀਆਂ ਸ਼ੁਰੂ ਕੀਤੀਆਂ ਨੇ ਅਤੇ ਉੱਥੋਂ ਉਹਨਾਂ ਚੰਗੀਆਂ ਗਾਈਆਂ ਬਣਾ ਕੇ ਉਹਨਾਂ ਤੋਂ ਪੈਸੇ ਕਮਾਉਂਦੇ ਨੇ, ਉਹ ਬੜਾ ਬੜਾ ਦੁੱਧ ਲੈ ਰਹੇ ਨੇ। ਬਿਲਕੁਲ ਨਿਰੋਲ ਸਾਹੀਵਾਲ, ਨਿਰੋਲ ਗੀਰ ਨਸਲ ਇਸ ਤਰ੍ਹਾਂ ਇਸ ਤਰ੍ਹਾਂ ਰੱਖੀ ਹੋਈ ਹੈ। ਸਾਡੀ ਨਸਲ ਦੇ ਬਾਹਰ ਲਿਜਾ ਕੇ ਉਹ ਉਹਨਾਂ ਵੀ ਕਰ ਲਏ ਨੇ ਅਤੇ ਅਸੀਂ ਬਾਹਰ ਲਈ ਲਿਆ ਕੇ ਇੱਥੇ ਆਪਣੀ ਵੀ ਖਰਾਬ ਕਰ ਲਈਏ ਅਤੇ ਉਹ ਤਾਂ ਇੱਥੇ ਉਹਨਾਂ ਨੂੰ ਹੋ ਨਹੀਂ ਸਕਦੀ। ਇੱਥੇ ਕੇਰਲਾ ਸਟੇਟ ਵਾਲੇ ਸਾਹੀਵਾਲ ਨਸਲ ਨੂੰ ਕਿਤੋਂ ਨਹੀਂ ਲੱਭੀਆਂ, ਉਹ ਸੱਚੇ ਪਾਤਸ਼ਾਹ ਦੇ ਇੱਥੋਂ ਸਵੇਰੇ ਤੋਂ ਗਾਈਆਂ ਲੈ ਕੇ ਗਏ ਨੇ, ਹੋਰ ਕਈ ਇੱਥੋਂ ਲੈ ਕੇ ਗਏ ਨੇ ਔਰ ਹੁਣ ਉਹਨਾਂ ਨੂੰ ਇਸ ਗੱਲ ਦੀ ਜਾਗ ਵੀ ਆਈ ਹੈ ਵੀ ਅਸੀਂ ਤਾਂ ਬੜਾ ਇਹ ਆਪਣੀ ਨਸਲ ਖਤਮ ਕਰਕੇ ਆਪਣੇ ਦੇਸ਼ ਦਾ ਬੜਾ ਵੱਡਾ ਇੱਕ ਨੁਕਸਾਨ ਕਰ ਲਿਆ। ਅੱਜ ਇੱਥੇ ਸਾਡੇ ਪੰਜਾਬ ਦੇ ਪਸ਼ੂ ਪਾਲਣ ਮਹਿਕਮੇ ਦੇ ਵੱਡੇ ਅਫਸਰ ਡਾਇਰੈਕਟਰ ਡਾਕਟਰ ਕੇ ਸਿੰਘ ਆਏ ਸਨ, ਸਾਡੇ ਲੁਧਿਆਣੇ ਦੇ ਵੀ ਇਸੇ ਮਹਿਕਮੇ ਦੇ ਅਫਸਰ ਡਾਕਟਰ ਸਤਪਾਲ ਸਿੰਘ ਗਰੇਵਾਲ ਉਹ ਵੀ ਆਏ ਸਨ, ਇਹਨਾਂ ਦੋਨਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਕੀਤੇ ਹੋਏ ਨੇ, ਉਹ ਅੱਜ ਇੱਥੇ ਜੱਜਿੰਗ ਕਰਦੇ ਰਹੇ ਨੇ ਅਤੇ ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਕੇਂਦਰ ਸਰਕਾਰ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਇਸ ਪਸ਼ੂ ਪਾਲਣ ਮਹਿਕਮੇ ਵਿੱਚ ਜਿਹਦੇ ਵਿੱਚ ਇਹ ਬਾਕਾਇਦਾ ਫੈਸਲਾ ਹੋ ਗਿਆ ਕਿ ਇਹ ਜਿਹੜੀ ਸਾਡੀਆਂ ਨਸਲਾਂ ਨੇ ਸਾਹੀਵਾਲ ਜਾਂ ਗੀਰ ਜਾਂ ਹਰਿਆਣਾ ਇਹਨਾਂ ਨੂੰ ਬਿਲਕੁਲ ਜਿਸ ਤਰ੍ਹਾਂ ਦੀਆਂ ਹੈਗੀਆਂ ਨੇ ਇਵੇਂ ਦੇ ਐਵੇਂ ਹੀ ਇਹਨਾਂ ਨੂੰ ਉੱਨਤ ਕੀਤਾ ਜਾਵੇ, ਇਹਨਾਂ ਨੂੰ ਬਚਾਇਆ ਜਾਵੇ। ਇਹ ਹੁਣ ਸਰਕਾਰ ਨੇ ਇਹ ਫੈਸਲਾ ਲਿਆ, ਇਹ ਸਾਰਾ ਕੁਛ ਦੇਖ ਕੇ ਸੱਚੇ ਪਾਤਸ਼ਾਹ ਜੀ ਨੂੰ 1965 ਵਿੱਚ ਗੋਪਾਲ ਰਤਨ ਦਾ ਟਾਈਟਲ ਮਿਲਿਆ ਸੀ, ਪੁਰਸਕਾਰ ਮਿਲਿਆ ਸੀ। ਉਸ ਤੋਂ 2 ਸਾਲ ਪਹਿਲਾਂ 1963 ਵਿੱਚ ਮਨੀ ਭਾਈ ਹੈਗੇ ਨੇ ਪੂਨੇ ਦੇ ਪਾਸ, ਉਰਲੀ ਕੰਚਨੋਂ ਗਾਂਧੀ ਜੀ ਦੇ ਬਹੁਤ ਅਨਿੰਦ ਸੇਵਕ ਨੇ, ਉਹਨਾਂ ਨੂੰ ਇਹ ਗੋਪਾਲ ਰਤਨ ਦਾ ਪੁਰਸਕਾਰ ਮਿਲਿਆ ਸੀ।
ਉਦੋਂ ਉਹਨਾਂ ਨੇ ਕਿਹਾ ਸੀ ਕਿ ਬਈ ਇਸ ਨਸਲ ਦਾ ਤਜਰਬਾ ਹੋ ਚੁੱਕਾ, ਇਹ ਵਲੈਤੀ ਨਸਲ ਸਾਡੇ ਦੇਸ਼ 'ਚ ਆ ਕੇ ਉਨਤ ਨਹੀਂ ਹੋ ਸਕਦੀ। ਹੋਰ ਵੀ ਕਈ ਆਦਮੀਆਂ ਨੇ ਇਸ ਦਾ ਉਦੋਂ ਕਹਿੰਦੇ ਰਹੇ ਨੇ, ਲੇਕਿਨ ਹੁਣ ਐਸੀ ਪਾਲਿਸੀ ਬਣ ਗਈ ਇਸ ਨਸਲ ਨੂੰ ਬਾਹਰੋਂ ਲਿਆ ਕੇ ਫਿਰ ਉਹਨਾਂ ਦਾ ਦੂਸਰੇ ਤਰੀਕੇ ਨਾਲ ਉਹਨਾਂ ਦਾ ਟੀਕੇ ਨਾਲ ਗਾਈਆਂ ਨੂੰ ਗਭਨ ਕਰਾ ਕਰਾ ਕੇ ਅਤੇ ਇਹਨਾਂ ਉਹ ਗਾਈਆਂ ਬਣਾ ਦਿੱਤੀਆਂ ਨੇ ਕਿ ਸਾਡੀਆਂ ਆਪਣੀ ਨਸਲ ਦੀਆਂ ਗਾਈਆਂ ਬਿਲਕੁਲ ਖਤਮ ਹੋ ਗਈਆਂ ਨੇ। ਇਸ ਕਰਕੇ ਪਿਛਲੇ ਸਾਲਾਂ ਵਿੱਚ ਪਸ਼ੂ ਪ੍ਰਦਰਸ਼ਨੀ ਇੱਥੇ ਨਹੀਂ ਹੋ ਸਕੀ। ਇਹ ਵੀ ਜਿਹੜੀ ਕੀਤੀ ਗਈ ਹੈ ਇਹ ਗਾਈਆਂ ਦੀ ਪ੍ਰਦਰਸ਼ਨੀ ਨਹੀਂ, ਇਹ ਮੱਝ ਪ੍ਰਦਰਸ਼ਨੀ ਹੋ ਰਹੀ ਹੈ ਸਰ। ਬੈਲਾਂ ਦੀਆਂ ਚੋਣੀਆਂ ਜ਼ਰੂਰ ਆਈਆਂ ਨੇ, ਲੇਕਿਨ ਮੱਝੀ ਨੂੰ ਇਸ ਵਾਸਤੇ ਲਿਆਂਦਾ ਗਿਆ, ਉਹਨਾਂ ਦੀ ਮੱਝੀ ਪ੍ਰਦਰਸ਼ਨੀ ਇਸ ਵਾਸਤੇ ਕੀਤੀ ਗਈ ਹੈ, ਤੁਸੀਂ ਇਸ ਬਹਾਨੇ ਇਕੱਠੇ ਹੋ ਤਾਂ ਤੁਹਾਨੂੰ ਇਹ ਦੱਸਿਆ ਜਾਵੇ ਬਈ ਇਹ ਜਿਹੜੀਆਂ ਗਾਈਆਂ ਆਪਣੀ ਨਸਲ ਦੀਆਂ ਨੇ ਇਹਨਾਂ ਨੂੰ ਤੁਸੀਂ ਲਿਆ ਕੇ ਰੱਖੋ ਅਤੇ ਇਹਨਾਂ ਵਿੱਚ ਬਿਮਾਰੀਆਂ ਨੂੰ ਰੋਕਣ ਦੀ ਸ਼ਕਤੀ ਹੈ, ਬਿਮਾਰੀਆਂ ਇਹਨਾਂ ਨੂੰ ਹੁੰਦੀਆਂ ਹੀ ਨਹੀਂ, ਅਤੇ ਇਹਨਾਂ ਵਿੱਚ ਘਿਓ ਵੀ ਜ਼ਿਆਦਾ। ਉਸ ਨਸਲ ਦੇ ਜਿਹੜੀ ਇੱਕ ਗਾਂ ਦੁੱਧ ਜ਼ਿਆਦਾ ਦਿੰਦੀ ਹੈ, ਉਸ ਤੋਂ ਅਗਲੀ ਨਸਲ ਜਿਹੜੀ ਹੈ ਉਹਦੇ ਵਿੱਚ ਇੰਨਾ ਦੁੱਧ ਥੱਲੇ ਚਲਾ ਜਾਂਦਾ ਕਿ ਜੇ ਉਹ ਆਪ ਵੀ 22 ਕਿਲੋ ਦਿੰਦੀ ਹੈ ਤਾਂ ਅਗਲੀ ਜਿਹੜੀ ਹੈ ਉਹ ਤੁਹਾਨੂੰ 6-7 ਕਿਲੋ ਵਾਲੀ ਮਿਲੇਗੀ। ਜਿਹੜੀਆਂ ਉਹ ਇੱਥੇ ਰੱਖੀਆਂ ਵੀ ਜਾ ਰਹੀਆਂ ਨੇ ਉਹ ਵੀ ਸਾਹੀਵਾਲ ਨਸਲ ਦੇ ਨਾਲ ਮਿਲਾ ਕੇ 50% ਉਹ 50% ਉਹਨੂੰ 50% ਨੂੰ ਪੂਰੀ ਤਰ੍ਹਾਂ ਮੇਨਟੇਨ ਕੀਤਾ ਜਾ ਰਿਹਾ ਤਾਂ ਉਹ ਇੱਥੇ ਚੱਲ ਸਕਦੀਆਂ, ਨਹੀਂ ਤਾਂ ਚੱਲ ਹੀ ਨਹੀਂ ਸਕਦੀਆਂ। ਸੋ ਮੈਂ ਜਿਹੜੇ ਤੁਸੀਂ ਪਸ਼ੂ ਪਾਲਕ ਆਏ ਹੋ ਜਿਹਨਾਂ ਨੇ ਤੁਸੀਂ ਇਸ ਅੱਜ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ ਸਾਨੂੰ ਬੜੀ ਖੁਸ਼ੀ ਹੈ। ਹੁਣ ਸਰਗੁਰੂ ਸੱਚੇ ਪਾਤਸ਼ਾਹ ਜੀ ਇਨਾਮ ਦੇਣਗੇ ਉਹ ਤੁਸੀਂ ਇਨਾਮ ਲੈ ਲਓ, ਪਰ ਅਗਲੇ ਵਾਰੀ ਇਸ ਜਗ੍ਹਾ ਨਮਾਇਸ਼ ਫਿਰ ਹੋਵੇਗੀ ਅਤੇ ਉਹਦੇ ਵਾਸਤੇ ਆਪਣੀਆਂ ਗਾਈਆਂ ਲੈ ਕੇ ਆਇਓ। ਗਾਈਆਂ ਦੀ ਪ੍ਰਦਰਸ਼ਨੀ ਤਾਂ ਇਸ ਵਾਸਤੇ ਕੀਤੀ ਹੈ ਕਿ ਤੁਹਾਨੂੰ ਇਸ ਬਹਾਨੇ 'ਤੇ ਇਕੱਠਾ ਕੀਤਾ ਜਾਵੇ, ਤੁਹਾਨੂੰ ਦੱਸਿਆ ਜਾਵੇ ਵੀ ਇੱਥੇ ਮਹੀਆਂ ਦੀ ਨਹੀਂ ਹੋਣੀ, ਅੱਗੇ ਤੋਂ ਗਾਈਆਂ ਵੀ ਹੋਣੀਆਂ, ਮਹੀਆਂ ਦੀ ਹੋਵੇਗੀ, ਲੇਕਿਨ ਗਾਈਆਂ ਨੂੰ ਜਿਹੜਾ ਆਪਣਾ ਸਥਾਨ ਪ੍ਰਾਪਤ ਹੈ ਜਿਸ ਥਾਂ 'ਤੇ ਗਾਈਆਂ ਦੀ ਪ੍ਰਦਰਸ਼ਨੀ ਅੱਗੇ ਹੁੰਦੀ ਰਹੀ ਹੈ ਉਹ ਉਸੇ ਤਰ੍ਹਾਂ ਹੋਵੇਗੀ ਅਤੇ ਉਹਨਾਂ ਨੂੰ ਨਾਮ ਉਹ ਹੀ ਮਿਲਣਗੇ। ਉਸ ਸਟੈਂਡਰਡ ਨੂੰ ਉਸ ਚੀਜ਼ ਨੂੰ ਬਿਲਕੁਲ ਉਹਦੇ 'ਚ ਫਰਕ ਨਹੀਂ ਪਾਇਆ ਜਾਵੇਗਾ, ਇਹ ਤੁਸੀਂ ਯਾਦ ਰੱਖੋ। ਗਾਈਆਂ ਜੇ ਹੋਰ ਤੁਸੀਂ ਕਈ ਚੀਜ਼ਾਂ ਲੈਣ ਵਾਸਤੇ ਬੜੀ ਬੜੀ ਦੂਰ ਚਲੇ ਜਾਂਦੇ ਹੋ ਅਤੇ ਗਾਈਆਂ ਕੋਈ ਬਹੁਤੀ ਦੂਰ ਨਹੀਂ ਮਿਲਦੀਆਂ, ਸਾਹੀਵਾਲ ਨਸਲ ਜਿਹਨੂੰ ਰਾਖੀ ਨਸਲ ਵੀ ਕਹਿੰਦੇ ਨੇ ਇੱਧਰ ਰਾਜਸਥਾਨ ਵਾਲੇ ਪਾਸੇ, ਉਹ ਜੇ ਜਿਹਨਾਂ ਨੇ ਲੈਣੀਆਂ ਹੋਣ ਤਾਂ ਥੋੜ੍ਹੀ ਜਿਹੀ ਉਹ ਉੱਦਮ ਕਰਨ, ਥੋੜ੍ਹੀ ਜਿਹਾ ਖੇਚਲ ਕਰਨ। ਇਹਨਾਂ ਦੇ ਜੋ 5-5 ਹਜ਼ਾਰ ਰੁਪਏ ਖਰਚੇ ਨੇ ਪਤਾ ਨਹੀਂ ਹੈਗਾ, ਜਾ ਕੇ ਕੋਈ 10 ਕਿਲੋ ਦੁੱਧ ਦਿੰਦੀ ਹੈ, 5 ਕਿਲੋ ਦਿੰਦੀ ਹੈ, ਅਤੇ ਇੰਨੇ ਨੂੰ ਜਾਂ ਇਸ ਤੋਂ ਘੱਟ ਕੀਮਤ 'ਤੇ ਉੱਧਰੋਂ ਤੁਹਾਨੂੰ 14-15-12 ਕਿਲੋ ਵਾਲੀਆਂ ਗਾਈਆਂ ਮੇਰਾ ਖਿਆਲ ਹੈ 3,500-4,000 ਦੇ ਕਰੀਬ ਮਿਲ ਸਕਣਗੀਆਂ ਆਉਣ ਵਾਲੇ ਮਾਘ ਫੱਗਣ ਚੇਤਰ ਦੇ ਮਹੀਨਿਆਂ ਵਿੱਚ। ਕੋਈ ਜਿਹੜੇ ਸੱਜਣ ਸ਼ੌਕ ਰੱਖਦੇ ਹੋਣ ਇਸ ਗੱਲ ਦਾ ਬਈ ਅਸੀਂ ਆਪਣੀ ਨਸਲ ਨੂੰ ਰੱਖਣਾ ਆਪਣੇ ਕੋਲ, ਇਨਾਮ ਵੀ ਲੈਣੇ ਨੇ ਅਤੇ ਦੁੱਧ ਵੀ ਰੱਖਣਾ ਅਤੇ ਦੁੱਧ ਵਧਾਉਣਾ ਸਭ ਕੁਛ ਕਰਨਾ, ਉਹ ਥੋੜ੍ਹਾ ਜਿਹਾ ਇਸ ਪਾਸੇ ਵੱਲ ਧਿਆਨ ਦੇਣ, ਉਸ ਗਾਈਆਂ ਮਿਲ ਜਾਣਗੀਆਂ। ਹਰਿਆਣੇ ਦੀਆਂ ਗਾਈਆਂ ਵੀ ਜ਼ਰੂਰ ਦਿਖਦੇ ਇਰਦ ਗਿਰਦ, ਇਸ ਤਰ੍ਹਾਂ ਜਾ ਕੇ ਜਦੋਂ ਜਿਹੜੀ ਚੀਜ਼ ਲੈਣੀ ਹੋਵੇ ਉਹਦੇ ਵਾਸਤੇ ਆਦਮੀ ਜਾ ਕੇ ਲਿਆ ਸਕਦਾ। ਅਤੇ ਮੈਂ ਸਿਰਫ ਤੁਹਾਡੀ ਜਾਣਕਾਰੀ ਵਾਸਤੇ ਇੰਨੀ ਅਰਜ਼ ਕੀਤੀ ਹੈ, ਅੱਗੇ ਤੋਂ ਗਾਈਆਂ ਜਿਹੜੀਆਂ ਨੇ ਉਹਨਾਂ ਨੂੰ ਲਿਆਓ, ਉਹਨਾਂ ਨੂੰ ਗਾਈਆਂ ਰੱਖੋ ਇੱਥੇ। ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜਾ ਸੱਚੇ ਪਾਤਸ਼ਾਹ ਨੇ ਇਹ ਇੱਕ ਇੱਥੇ ਦੀ ਨੁਮਾਇਸ਼ ਦਾ ਇਹ ਪ੍ਰੋਗਰਾਮ ਰੱਖਿਆ, ਇਹ ਹਮੇਸ਼ਾ ਵਾਸਤੇ ਜਾਰੀ ਰੱਖਿਆ ਜਾਵੇ ਅਤੇ ਇੱਥੇ ਚੰਗੀਆਂ ਚੰਗੀਆਂ ਗਾਈਆਂ ਹੋਣ ਅਤੇ ਇਸ ਨੁਮਾਇਸ਼ ਦਾ ਸਟੈਂਡਰਡ ਬਹੁਤ ਉੱਚਾ ਹੋਵੇ। ਹੁਣ ਸਰਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਅਤੇ ਉਹਨਾਂ ਨਾਲ ਫਿਰ ਇਨਾਮ ਲੈ ਕੇ ਅਤੇ ਦੇ ਦਿਓ।
ਆਪਣਾ ਘਰ ਆ ਜਾਂਦਾ, ਭਾਵ ਗਾਈਂ ਰੱਖੀ ਜਾਣ ਅਤੇ ਉਹਨਾਂ ਦਾ ਦੁੱਧ ਪੀਤਾ ਜਾਵੇ, ਮੱਖਣ ਅਤੇ ਘਿਓ ਖਾਧਾ ਜਾਵੇ, ਇਹਨੂੰ ਬੜਾ ਸਵਾਲ ਆਉਂਦਾ। ਤੁਸੀਂ ਸੱਚੇ ਪਾਤਸ਼ਾਹ ਦਾ ਉਦੇਸ਼ ਕਰੇ ਸੁਣਦੇ ਹੋ ਅਤੇ ਉਹਨਾਂ ਨੇ ਨਾਮਧਾਰੀਆਂ ਨੂੰ ਗੱਲ ਆਖੀ ਹੈ ਕਿ ਤੁਸੀਂ ਹਿੰਦੁਸਤਾਨ ਦੀ ਸਭਿਅਤਾ ਦਾ ਇੱਕ ਬੀਂਹ ਮਾਤਰ ਰਹਿ ਗਿਆ ਅੱਜ ਹੈ, ਅਤੇ ਇਹ ਤੁਸੀਂ ਦੱਸੋ ਵੀ ਜੇ ਬੀਂਹ ਨਾ ਹੋਵੇ, ਇੱਕ ਗੱਲ ਤਾਂ ਸ਼ਾਇਦ ਲੰਮੀ ਹੋ ਜਾਏ, ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ, ਗੁਰੂ ਨਾਨਕ ਸੱਚੇ ਪਾਤਸ਼ਾਹ ਇੱਕ ਜਗ੍ਹਾ ਗਏ ਅਤੇ ਉੱਥੇ ਸਾਰੇ ਲੋਕ ਮਾਸ ਖਾਂਦੇ ਸਨ। ਮੈਂ ਸਿਰਫ ਬੀਜ ਹੀ ਗੱਲ ਕਰ ਰਿਹਾ, ਮਾਸ ਖਾਂਦੇ ਸਨ ਅਤੇ ਉਹਨਾਂ ਨੂੰ ਆਖਿਆ ਬਈ ਜੀ ਮਾਸ ਤੋਂ ਬਿਨਾਂ ਇੱਥੇ ਕੋਈ ਹੋਰ ਚੀਜ਼ ਪ੍ਰਾਪਤ ਨਹੀਂ ਹੋ ਸਕਦੀ। ਗੁਰੂ ਨਾਨਕ ਨੂੰ ਬੇਟਾ ਮਾਸ ਹੀ ਕਰਨਾ ਸੀ, ਉਹਨਾਂ ਆਖਿਆ ਜੇ ਤੁਸੀਂ ਨਾ ਖਾਓਗੇ ਸਾਡੇ ਕੋਲੋਂ ਸਾਡਾ ਮਾਲਕ ਸਾਨੂੰ ਮਾਰੇਗਾ, ਵੀ ਇੱਥੇ ਆਏ ਦਿੱਤੀ ਜਿਹੜੇ ਨੂੰ ਭੁੱਖੇ ਗਏ ਨੇ, ਅਤੇ ਉਹਨਾਂ ਨੇ ਆਖਿਆ ਫਿਰ ਲਿਆਓ ਕੋਈ ਚੀਜ਼। ਗੁਰੂ ਨਾਨਕ ਨੇ ਆਖਿਆ ਲਿਆਓ ਮਾਰੋ ਦੁੱਬਾ, ਮਾਰੋ ਦੁੱਬਾ ਮਾਰਿਆ ਉੱਥੇ ਮੇਰਾ ਖਿਆਲ ਗਿਆ, ਅਤੇ ਉਹ ਮਾਰਿਆ ਜਿਸ ਵੇਲੇ ਉਹਨਾਂ ਨੇ ਤੇ ਉਹਨੂੰ ਉਹਨਾਂ ਕੋਲ ਅੱਗ ਅਤੇ ਅੰਨ ਇਹ ਦੋਵੇਂ ਚੀਜ਼ਾਂ ਉੱਥੇ ਲਿਖਿਆ ਵੀ ਨਹੀਂ ਸਨ। ਸਾਡੇ ਨੌਜਵਾਨ ਬੱਚੇ ਅਤੇ ਬੱਚੀਆਂ ਨੂੰ ਚਾਹੀਦਾ ਉਹ ਸੂਰਜ ਪ੍ਰਕਾਸ਼ ਨਾਨਕ ਪ੍ਰਕਾਸ਼ ਪੜ੍ਹਿਆ ਕਰਨ, ਉਹਨਾਂ ਨੂੰ ਬੜੇ ਹੀ ਪ੍ਰਾਪਤ ਬੜਾ ਕੁਛ ਸਾਡਾ ਪਿਆ ਉਹਨਾਂ 'ਚ। ਇਹ ਅੱਜ ਕੱਲ੍ਹ ਅਸੀਂ ਅਖਬਾਰ ਪੜ੍ਹ ਪੜ੍ਹ ਕੇ ਲੋਕਾਂ ਨੇ ਅੱਜ ਕੱਲ੍ਹ ਦੀਆਂ ਗੱਲਾਂ ਸੁਣ ਸੁਣ ਕੇ ਗੁਰੂ ਗੋਬਿੰਦ ਸਿੰਘ ਦਾ ਹੁਕਮ ਮਾਰ ਜਾਣਾ, ਸਾਰੇ ਗੁਰੂ ਅੰਗਦ ਦੇ ਅਤੇ ਹਰਨ ਮਾਰ ਕੇ ਰਹਿੰਦੇ ਹਾਂ, ਬੜੀਆਂ ਗੱਲਾਂ ਬਣਾਉਂਦੇ ਨੇ ਲੇਕਿਨ ਇੱਧਰ ਨਹੀਂ ਧਿਆਨ ਕਰਦੇ। ਇਹ ਫਿਰ ਗੁਰੂ ਨਾਨਕ ਸਾਹਿਬ ਨੇ ਉਹਨੂੰ ਆਖਿਆ ਮਾਰੋ, ਉਹ ਮਾਰ ਦਿੱਤਾ, ਉਹ ਮਾਰਿਆ ਜਿਸ ਵੇਲੇ ਅਤੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਤੀ ਉਹਨੂੰ ਜਿਉਂਦਾ ਕਰ ਦਿੱਤਾ। ਹੁਣ ਅਸੀਂ ਸੁਣਦੇ ਸੁਣਦੇ ਰਹੇ, ਸੋਚਾਂਗੇ ਵੀ ਸਗੋਂ ਆਖਿਆ ਮਾਰੋ ਕਰੋ, ਖਾਣ ਵਾਲੀ ਗੱਲ ਆਈ ਜੇ ਖਾਣ ਵਾਲੇ ਨੂੰ ਤਾਂ ਇਹ ਸੋਚਣਗੇ, ਠੀਕ ਹੈ, ਸੱਚੇ ਪਾਤਸ਼ਾਹ ਨੇ ਹੁਕਮ ਦਿੱਤਾ ਵੀ ਇਹਨੂੰ ਉਹਨੂੰ ਜਿਉਂਦਾ ਕਰ ਦਿੱਤਾ, ਨਾਲ ਆਖਿਆ ਵੀ ਤੁਸੀਂ ਇਹ ਮਾਸ ਨਾ ਖਾਇਆ ਕਰੋ, ਅੰਨ ਖਾਇਆ ਕਰੋ। ਮੈਂ ਅੰਨ ਤਾਂ ਹੈ ਹੀ ਨਹੀਂ ਇੱਥੇ, ਮੈਂ ਆਖਿਆ ਕਣਕ ਬੀਜੋ, ਮੈਂ ਕਣਕ ਹੁੰਦੀ ਨਹੀਂ ਇੱਥੇ, ਮੈਂ ਆਖਿਆ ਲਿਆਓ ਕਣਕ ਜਦੋਂ ਲੱਭ ਕੇ ਅਤੇ ਉਹ ਬੀਜੋ, ਕਣਕ ਲੱਭਦੇ ਸੀ ਕਣਕ ਨਹੀਂ ਲੱਭੀ ਕਿਤੋਂ, ਫਿਰ ਬੜੀ ਮੁਸ਼ਕਿਲ ਨਾਲ ਇੱਕ ਸ਼ਾਹੂਕਾਰ ਦੇ ਕੋਲੋਂ ਪਾਈ ਆ ਕਣਕ ਮਿਲੀ ਹੈ, ਫਿਰ ਪੱਕੀ ਸਾਰੇ ਸ਼ਹਿਰ 'ਚੋਂ ਕਣਕ ਦਾ ਬੀਜ ਲੱਭਾ, ਫਿਰ ਸਗੋਂ ਦੇ ਹੁਕਮ ਨਾਲ ਉਹ ਬੀਜਿਆ ਅਤੇ ਉੱਥੇ ਕਣਕ ਹੋਈ, ਉਹਨਾਂ ਨੂੰ ਮਾਲ ਖਾਣ ਤੋਂ ਹਟਾਇਆ। ਭਾਵ ਮੇਰਾ ਕਹਿਣ ਤੋਂ ਇਹ ਹੈ ਕਿ ਉਹ ਇੱਕ ਸੇਲ ਬੀਜ ਕਣਕ ਦਾ ਹੈਗਾ ਸੀ ਅਤੇ ਲੱਭ ਗਿਆ, ਜੇ ਨਾ ਹੁੰਦਾ ਤਾਂ ਫਿਰ ਕੀ ਹਾਲਤ ਹੁੰਦੀ ਉਹਨਾਂ ਦੀ। ਤਾਂ ਮੇਰਾ ਸਿਰਫ ਕਹਿਣ ਤੋਂ ਇਹ ਮਤਲਬ ਇਹ ਹੈ ਕਿ ਅਸੀਂ ਸਾਨੂੰ ਸਗੁਰਾਂ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ ਕਿ ਅਸੀਂ ਇੱਕ ਹਿੰਦੁਸਤਾਨ ਦੀ ਸਭਿਅਤਾ ਦਾ ਬੀਜ ਮਾਤਰ ਰਹਿ ਗਏ, ਅਤੇ ਬੀਜ ਜਿਹੜਾ ਉਹ ਜਿੰਨਾ ਸ਼ੁੱਧ ਹੋਵੇ ਉਨੇ ਅੱਗੋਂ ਪਨੀਰੀ ਉਹਦੀ ਵਧੀਆ ਹੁੰਦੀ ਆ। ਅਤੇ ਉਹਦੇ ਵਿੱਚ ਸਿਰਫ ਇਹ ਹੀ ਨਹੀਂ ਵੀ ਅਸੀਂ ਖੱਦਰ ਦੇ ਕੱਪੜੇ ਪਾ ਲੈਣੇ ਅਤੇ ਸਵੇਰੇ ਉੱਠ ਕੇ ਆਸਾ ਵੀ ਵਾਰ ਲਾ ਲੈਣੀ ਹੈ ਜਾਂ ਇਹ ਸਾਰਾ ਕੁਝ, ਉਹਦੇ ਵਿੱਚ ਸਾਡਾ ਸਾਰਾ ਵਾਤਾਵਰਨ ਆਲੇ ਦੁਆਲੇ ਦਾ ਜਿਹੜਾ ਉਹ ਹਿੰਦੁਸਤਾਨ ਦੀ ਸਭਿਅਤਾ ਦੇ ਅਨੁਸਾਰ ਹੋਣਾ ਚਾਹੀਦਾ। ਜਿਹੜੀਆਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਗਊਸ਼ਾਲਾ ਦੀਆਂ ਗਾਵਾਂ, ਸਾਹਿਬਾਲ ਦੀ ਨਸਲ ਦੀ ਗਾਂ ਨੇ 75 ਕਿਲੋ ਦੁੱਧ ਇੱਕ ਦਿਨ ਦਾ ਕੀਤਾ, 75 ਪਾਉਂਡ
ਮਤਲਬ 36-37 ਸੇਰ ਦੇ ਕਰੀਬ ਦੁੱਧ ਹੋ ਜਾਂਦਾ ਅਤੇ ਉਹਨੇ ਮੱਖਣ ਸਾਰੇ ਸੂਏ ਦਾ 881 ਪਾਊਂਡ 4 ਔਂਸ ਕੱਢਿਆ 300 ਦਿਨ ਦਾ ਅਤੇ 3-9 ਹੋ ਜਾਂਦਾ। ਜੇ ਥੋੜ੍ਹੇ ਜਿਹੇ ਪੁਆਇੰਟ ਹੋਰ ਵਧਣ ਫਿਰ ਉਹ ਪੂਰਾ ਕਰੀਬ 3 ਪਾਊਂਡ ਰੋਜ਼ ਦੀ ਔਸਤ ਬਹਿ ਜਾਂਦੀ ਹੈ, ਸਵਾ ਸੇਰ ਪੱਕੇ ਦੀ ਗਰੀਬ ਜਾਂ 1.5 ਸੇਰ ਦੀ ਮੱਖਣ ਦੀ। ਇਹੋ ਜਿਹੇ ਗਾਈਆਂ ਸਾਡੇ ਕੋਲ ਹੋਣ ਤਾਂ ਸਾਨੂੰ ਮੱਝਾਂ ਦੀ ਜਾਂ ਹੋਰ ਕਿਸੇ ਪਾਸੇ ਦੂਸਰਿਆਂ ਦੇਸ਼ਾਂ ਵੱਲ ਝਾਕਣ ਦੀ ਕੋਈ ਲੋੜ ਨਹੀਂ। ਇੱਕ ਵਾਰ ਮੈਂ ਮੰਡੀ ਵਿੱਚ ਇੱਕ ਇੰਡੋ ਜਰਮਨ ਐਗਰੀਕਲਚਰ ਪ੍ਰੋਜੈਕਟ ਚੱਲਦਾ ਉੱਥੇ ਗਿਆ ਤਾਂ ਉਹਨਾਂ ਦੀ 3 ਸੂਏ ਦੀ ਵਿਹੜੀ ਜਿਹੜੀ ਸੀ ਨਾ ਉਹਨੇ 28 ਕਿਲੋ ਦੁੱਧ ਕੀਤਾ, ਜਿਹੜੀਆਂ ਬਾਹਰੋਂ ਬੜੇ ਪੈਸੇ ਖਰਚ ਕੇ ਆਈਆਂ ਵਿਲਾਇਤੀ ਗਾਈਆਂ। ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਬੜੀ ਬਹਾਦਰੀ ਕੀਤੀ ਹੈ, ਸਾਡੀ ਹਰਿਆਣਾ ਦੀ ਗਾਂ ਨੇ 3 ਸੂਏ 28 ਕਿਲੋ ਕਰਕੇ ਅਤੇ ਇਨਾਮ ਪ੍ਰਾਪਤ ਕੀਤਾ ਆਲ ਇੰਡੀਆ ਮਿਲਕੀਟ ਕੰਪੀਟੀਸ਼ਨ 'ਚ। ਸੋ ਇਹ ਦਲੀਲਾਂ ਦੀਆਂ ਗੱਲਾਂ ਨਹੀਂ, ਤੁਸੀਂ ਤਜਰਬਾ ਕਰਕੇ ਵੇਖੋ, ਫਿਰ ਤੁਹਾਨੂੰ ਪਤਾ ਲੱਗਦਾ ਕਿ ਇਹਨਾਂ ਗੱਲਾਂ 'ਚ ਕੀ ਫਾਇਦਾ ਜਿਹੜੇ ਸਾਡੇ ਸਗੁਰਾਂ ਨੇ ਹੋਣਾ ਚਾਹੀਦਾ। ਥੋੜ੍ਹਾ ਜਿਹਾ ਇਹ ਜੇ ਕਿਰਪਾ ਕਰਦੇ ਨਾ ਵੀ ਜਿਹੜੀ ਚੀਜ਼ ਅੱਜ ਆਖੀ ਜਾਂਦੀ ਅੱਜ ਹੀ ਮਨ 'ਚ ਵੱਸ ਜਾਵੇ ਤਾਂ ਬੜੀ ਵਧੀਆ ਆ ਜਾਂਦੀ ਹੈ। ਪਾਕਿਸਤਾਨ ਵਾਸਤੇ ਕਿੰਨਾ ਚਿਰ ਸਗੁਰਾਂ ਨੇ ਹੁਕਮ ਦਿੱਤਾ ਅਤੇ ਕੋਈ ਮੰਨਦੇ ਨਹੀਂ ਸਨ, ਜਦੋਂ ਫਿਰ ਉੱਤੇ ਆ ਹੀ ਪਈ ਤਾਂ ਫਿਰ ਪਤਾ ਲੱਗਾ ਫਿਰ ਪਛਤਾਵਾ ਹੈ, ਕੋਈ ਚੀਜ਼ ਮੁੜ ਕੇ ਮਿਲਦਾ ਨਹੀਂ। ਜਿਸ ਤਰ੍ਹਾਂ ਹੁਣ ਗਊਆਂ ਵਾਸਤੇ ਇਹ ਪਛਤਾਉਂਦੇ ਨੇ ਵੀ ਸਾਡੀ ਇਹ ਨਸਲ ਗੁਆਚ ਗਈ, ਉਹ ਪਛਤਾਵਾ ਅਤੇ ਕਿਸੇ ਚੀਜ਼ ਜਿਹੜਾ ਉਹ ਲੰਘ ਗਿਆ ਤਾਂ ਹੀ ਉਹ ਨਹੀਂ ਫਿਰ ਵਾਪਸ ਆਤਾ ਉਹਦਾ। ਸੋ ਅਗਲੇ ਵੇਰਾਂ ਨੂੰ ਜਿਹੜੇ ਵੀ ਪਸ਼ੂ ਪਾਲਣ ਦੇ ਸ਼ੌਂਕ ਰੱਖਦੇ ਨੇ ਉਹ ਕਿਰਪਾ ਕਰਕੇ ਸਾਹੀਵਾਲ ਹਰਿਆਣਾ ਦੀਆਂ ਗਊਆਂ ਨੂੰ ਲੱਭ ਕੇ ਜਿੱਥੋਂ ਵੀ ਉਹਨਾਂ ਨੂੰ ਪ੍ਰਾਪਤ ਹੋਣ ਅਗਾਂਹ ਅਗਲੀ ਨੁਮਾਇਸ਼ ਵਿੱਚ ਲਿਆਉਣ, ਉਹਨਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਏਗਾ ਬਜਾਏ ਹੋਰ ਕਿਸੇ ਨਸਲ ਦੇ। ਸੋ ਹੁਣ ਆ ਕੇ ਵਾਰੀ ਨਾਲ ਜਿਹੜੇ ਸਰੀਰ ਆਰਾਮ ਲੈਣ ਵਾਲੇ ਨੇ ਉਹ ਇੱਥੇ ਲਾਈਨ ਵਿੱਚ ਆ ਜਾਣ, ਉਹਨਾਂ ਨੂੰ ਤੁਸੀਂ ਆਵਾਜ਼ ਦੇ ਦਿਓ, ਫਿਰ ਆਈ ਜਾਣਗੇ ਅਤੇ ਆਰਾਮ ਲੈ ਜਾਣਗੇ। ਚਰਨ ਸਿੰਘ ਹਾਂਜੀ ਇਸ ਤੋਂ ਅੱਗੇ 300 ਰੁਪਏ ਸੀ, 150 ਰੁਪਏ ਇਹ ਚਰਨ ਸਿੰਘ ਸ੍ਰੀ ਭੈਣੀ ਸਾਹਿਬ ਇਹ ਝੋਟੇ ਦਾ ਨਿੱਕੇ ਝੋਟੇ ਦਾ ਨਾਮ ਇਹ ਚਰਨ ਸਿੰਘ ਦੋ ਨੀਲੀ ਰਾਵੀ ਦੀਆਂ ਦਲੇਰੀਆਂ ਮੱਝਾਂ 250 ਰੁਪਏ ਹਰਬੰਸ ਸਿੰਘ ਸ੍ਰੀ ਭੈਣੀ ਸਾਹਿਬ ਪਹਿਲਾ ਇਨਾਮ ਹਰਬੰਸ ਸਿੰਘ ਟਹਿਲ ਸਿੰਘ ਕਟਾਣੀ ਕਲਾਂ 4 ਦੇਣ ਦੇ ਟਹਿਲ ਸਿੰਘ ਦੀ ਕਟਾਣੀ ਕਲਾਂ ਦੂਸਰਾ ਇਨਾਮ 225 ਰੁਪਏ ਟਹਿਲ ਸਿੰਘ ਕਟਾਣੀ ਕਲਾਂ ਇਹ ਆਪਣੇ
ਇਸ ਤੋਂ ਅੱਗੇ 150 ਰੁਪਏ ਤੀਸਰਾ ਇਨਾਮ ਲਵੇਰੀਆਂ ਮੱਝਾਂ ਦਾ ਅਜਮੇਰ ਸਿੰਘ ਸ੍ਰੀ ਭੈਣੀ ਸਾਹਿਬ ਅਜਮੇਰ ਸਿੰਘ ਸ੍ਰੀ ਭੈਣੀ ਸਾਹਿਬ ਅਜਮੇਰ ਸਿੰਘ ਸ੍ਰੀ ਭੈਣੀ ਸਾਹਿਬ ਇਸ ਤੋਂ ਅੱਗੇ ਲਵੇਰੀਆਂ ਮੱਝਾਂ ਮੁਰਾ ਦੀਆਂ ਮੁਰਾ ਦੀਆਂ ਲਵੇਰੀਆਂ ਮੱਝਾਂ 250 ਰੁਪਏ ਪਹਿਲਾਂ ਇਨਾਮ ਚਰਨ ਸਿੰਘ ਸ੍ਰੀ ਭੈਣੀ ਸਾਹਿਬ ਇਸ ਤੋਂ ਅੱਗੇ ਦੂਸਰਾ ਦਾ ਇਨਾਮ ਲਵੇਰੀਆਂ ਮੱਝਾਂ ਦਾ ਮੁਰਾ ਦਾ ਮੋਹਨ ਲਾਲ ਰਾਈਆਂ 175 ਰੁਪਏ ਇਸ ਤੋਂ ਅੱਗੇ ਤੀਸਰਾ ਨਾਮ ਨਵੇਰੀਆਂ ਮੱਝਾਂ ਮੁਰਾ ਨਸਲ ਦੀਆਂ ਚਰਨ ਸਿੰਘ ਸ੍ਰੀ ਭੈਣੀ ਸਾਹਿਬ 125 ਰੁਪਏ ਨੇੜੇ ਬਹਿ ਫਿਰ ਨੀਲੀ ਰਾਵੀ ਦੀਆਂ ਗੱਬੜਾਂ ਮੱਝਾਂ ਪਹਿਲਾ ਨਾਮ ਗੁਰਮੇਲ ਸਿੰਘ ਸ੍ਰੀ ਭੈਣੀ ਸਾਹਿਬ 200 ਰੁਪਏ ਨੀਲੀ ਰਾਵੀ ਦੀਆਂ ਗੱਬਣ ਮੱਝਾਂ ਦਾ ਦੂਸਰਾ ਨਾਮ ਕੁਲਦੀਪ ਸਿੰਘ ਸ੍ਰੀ ਭੈਣੀ ਸਾਹਿਬ 150 ਰੁਪਏ ਕੁਲਦੀਪ ਸਿੰਘ ਸ੍ਰੀ ਭੈਣੀ ਸਾਹਿਬ 150 ਰੁਪਏ ਜੇ ਮੈਂ ਜਜਿੰਗ ਕਰਦਾ ਤਾਂ ਮੈਨੂੰ ਕਈਆਂ ਦੱਸਣਾ ਸੀ ਆਪਣੇ ਪਿੰਡ ਵਾਲਿਆਂ ਨੂੰ ਨਾਮ ਆਪੇ ਦੇ ਦਿੱਤਾ ਹੈ ਜੋ ਡਾਕਟਰ ਆਏ ਸਨ ਤਾਂ ਉਹ ਜਜਿੰਗ ਕਰਕੇ ਗਏ ਇਸ ਤੋਂ ਤੀਸਰਾ ਨਾਮ ਬੰਤ ਸਿੰਘ ਸ੍ਰੀ ਭੈਣੀ ਸਾਹਿਬ 110 ਰੁਪਏ ਗੱਬਣ ਮੱਝਾਂ ਨੀਲੀ ਰਾਵੀ ਦੀ ਹਾਂਜੀ ਮੁਰਾ ਨਸਲ ਦੀਆਂ ਗੱਬਣਾਂ ਮੱਝਾਂ ਪਹਿਲਾ ਨਾਮ ਸ਼ਿੰਗਾਰਾ ਸਿੰਘ ਸ੍ਰੀ ਭੈਣੀ ਸਾਹਿਬ 200 ਰੁਪਏ ਮੁਰਾ ਨਸਲ ਦੀਆਂ ਗੱਬਣਾਂ ਮੱਝਾਂ ਦੂਸਰਾ ਨਾਮ ਅਮਰੀਕ ਸਿੰਘ ਸ੍ਰੀ ਭੈਣੀ ਸਾਹਿਬ ਦੂਸਰਾ ਨਾਮ ਅਮਰੀਕ ਸਿੰਘ ਸ੍ਰੀ ਭੈਣੀ ਸਾਹਿਬ 150 ਰੁਪਏ ਮੁਰਾ ਨਸਲ ਦੀਆਂ ਗੱਬਣਾਂ ਮੱਝਾਂ ਤੀਸਰਾ ਨਾਮ ਸੁਖਦੇਵ ਸਿੰਘ ਪ੍ਰਤਾਪ ਨਗਰ 110 ਰੁਪਏ ਪ੍ਰਤਾਪਗੜ੍ਹ ਨੀਲੀ ਰਾਵੀ ਝੋਟੀਆਂ ਦਾ ਪਹਿਲਾ ਨਾਮ ਮਿੱਤ ਸਿੰਘ ਸ੍ਰੀ ਭੈਣੀ ਸਾਹਿਬ 175 ਰੁਪਏ ਝੋਟੀਆਂ ਦਾ ਨੀਲੀ ਰਾਵੀ ਹਾਂਜੀ ਗੁਰ ਨੀਲੀ ਰਾਵੀ ਝੋਟੀਆਂ ਦਾ ਦੂਸਰਾ ਨਾਮ ਗੁਰਦਿਆਲ ਸਿੰਘ ਸ੍ਰੀ ਭੈਣੀ ਸਾਹਿਬ 125 ਰੁਪਏ ਨੀਲੀ ਰਾਵੀ ਝੋਟੀਆਂ ਦਾ ਤੀਸਰਾ ਨਾਮ ਲਾਭ ਸਿੰਘ ਕਟਾਣੀ ਕਲਾ 100 ਰੁਪਏ ਲਾਭ ਸਿੰਘ ਕਟਾਣੀ ਕਲਾ ਇਸ ਤੋਂ ਅੱਗੇ ਆ ਗਿਆ ਇਸ ਤੋਂ ਅੱਗੇ ਮੁਰਾ ਦਾ ਝੋਟੀਆਂ ਦਾ ਪਹਿਲਾ ਇਨਾਮ ਲਾਭ ਸਿੰਘ ਮੁਰਾ ਝੋਟੀਆਂ ਦਾ ਪਹਿਲਾ ਇਨਾਮ ਦਲੀਪ ਸਿੰਘ ਸਾਧ ਪਿੰਡ ਰਾਈਆਂ 175 ਰੁਪਏ ਹਾਂਜੀ ਦਲੀਪ ਸਿੰਘ ਜੀ ਦੂਸਰਾ ਇਨਾਮ ਸੁਰਜੀਤ ਸਿੰਘ ਸ੍ਰੀ ਭੈਣੀ ਸਾਹਿਬ 125 ਰੁਪਏ ਮੁਰਾ ਦਾ
ਦੂਸਰਾ ਨਾਮ ਸੁਰਜੀਤ ਸਿੰਘ ਸ੍ਰੀ ਭੈਣੀ ਸਾਹਿਬ 150 ਰੁਪਏ, ਤੀਸਰਾ ਨਾਮ ਮਾੜੂ ਰਾਮ 110 ਰੁਪਏ ਕਟਾਣੀ ਖੁਰਦ, ਮਾੜੂ ਰਾਮ ਬੁਰਾ ਨਸਲ ਦੇ ਕੱਟੇ ਇਹੋ ਜਿਹੇ ਸਨ ਇਹਨਾਂ ਨੂੰ। ਫਿਰ ਦੂਸਰਾ ਨਾਮ ਤੀਸਰਾ ਨਾਮ ਲੈਂਦੇ, ਦੂਸਰਾ ਨਾਮ ਪ੍ਰੇਮ ਸਿੰਘ ਪ੍ਰਤਾਪਗੜ 150 ਰੁਪਏ, ਪ੍ਰੇਮ ਸਿੰਘ ਪ੍ਰਤਾਪਗੜ 150 ਰੁਪਏ। ਹੌਸਲਾ ਅਫਜ਼ਾਈ ਇਨਾਮ ਤੀਸਰਾ ਨਾਮ ਜੀ ਫਤਿਹ ਸਿੰਘ ਖੂਨ ਕਲਾ 100 ਰੁਪਏ, ਬੈਲਾਂ ਦੀਆਂ ਜੋੜੀਆਂ ਅਵਤਾਰ ਸਿੰਘ ਸ੍ਰੀ ਭੈਣੀ ਸਾਹਿਬ 300 ਰੁਪਏ ਪਹਿਲਾ ਨਾਮ, ਅਵਤਾਰ ਸਿੰਘ ਸ੍ਰੀ ਭੈਣੀ ਸਾਹਿਬ ਪਹਿਲਾ ਨਾਮ 300 ਰੁਪਏ, ਦੂਸਰਾ ਨਾਮ ਛਿੰਦਰ ਸਿੰਘ ਸ੍ਰੀ ਭੈਣੀ ਸਾਹਿਬ 175 ਰੁਪਏ ਬੈਲਾਂ ਦੀ ਜੋੜੀ, ਬੈਲਾਂ ਦੀ ਜੋੜੀ ਦਾ ਤੀਸਰਾ ਨਾਮ ਦਲੀਪ ਸਿੰਘ ਸਾਧ ਕੋਟ ਗੰਗੂ ਰਾਏ, ਸਾਧ ਦੇਵੀ ਸਾਧ ਸਾਧ ਲਿਖਿਆ ਦਿਖਾਉਂਦੇ ਨੇ, ਉੱਚਾ ਜਿਹੜਾ ਪਹਿਲੇ ਸਮਝੋ ਉਹਦੇ ਸਾਧ ਦੇ ਸਾਧ ਨੇ ਇਹਨਾਂ ਦੇ, ਦਲੀਪ ਸਿੰਘ ਸਾਧ ਕੋਟ ਗੰਗੂ ਰਾਏ 150 ਰੁਪਏ। ਇਹ ਹੌਸਲਾ ਵਧਾਉਣ ਵਾਲੇ ਨਾਮ ਨੇ, ਰਤਨ ਸਿੰਘ ਸ੍ਰੀ ਭੈਣੀ ਸਾਹਿਬ 40 ਰੁਪਏ, ਨਿੱਧੀ ਰਾਵੀ ਕੱਟੇ, ਰਤਨ ਸਿੰਘ ਸ੍ਰੀ ਭੈਣੀ ਸਾਹਿਬ ਕਰਨੈਲ ਸਿੰਘ ਸ੍ਰੀ ਭੈਣੀ ਸਾਹਿਬ ਹਰਿਆਣਾ, ਅੱਛਾ ਇੱਕੋ ਗਾਂ ਆਈ ਸੀ ਅਤੇ ਉਹਨੂੰ ਹੌਸਲਾ ਵਧਾਈ ਵਾਸਤੇ 40 ਰੁਪਏ ਦਾ ਇਨਾਮ ਦਿੱਤਾ, ਕਰਨੈਲ ਸਿੰਘ ਸ੍ਰੀ ਭੈਣੀ ਸਾਹਿਬ ਗਾਂ ਇੱਕ ਆਈ ਸੀ, ਕੋਈ ਨਾ ਹੌਸਲਾ ਵਧਾਈ ਦਾ ਇਨਾਮ ਲਵੇਰੀਆਂ ਮੱਝਾਂ ਨਾਲ 40 ਰੁਪਏ, ਸਰਦਾਰਾ ਸਿੰਘ ਸ੍ਰੀ ਭੈਣੀ ਸਾਹਿਬ, ਸਰਦਾਰਾ ਸਿੰਘ ਸ੍ਰੀ ਭੈਣੀ ਸਾਹਿਬ ਇੱਕ ਨੀਲੀ ਰਾਵੀ ਲਵੇਰੀਆਂ ਮੱਝਾਂ ਦਾ, ਗੁਰਬਚਨ ਸਿੰਘ ਸ੍ਰੀ ਭੈਣੀ ਸਾਹਿਬ 40 ਰੁਪਏ, ਗੁਰਬਚਨ ਸਿੰਘ ਸ੍ਰੀ ਭੈਣੀ ਸਾਹਿਬ ਹੌਸਲਾ ਅਫਜ਼ਾਈ ਦੇ, ਗੁਰਬਚਨ ਸਿੰਘ ਸ੍ਰੀ ਭੈਣੀ ਸਾਹਿਬ ਜਲਦੀ ਜਲਦੀ ਆ ਜਾਓ, ਹੈ ਨੀ ਅੱਛਾ ਬੀਬੀ ਲੈ ਗਈ, ਆਪਣੇ ਜਗੀਰ ਸਿੰਘ ਵਡਾਣੀਆਂ, ਜਗੀਰ ਸਿੰਘ ਹਰੀ ਸਾਹਿਬ ਦਾ ਲੜਕਾ ਕਿੱਥੇ ਆ, ਇੱਥੇ ਆ ਗਿਆ, ਹੌਸਲਾ ਅਫਜ਼ਾਈ ਦਾ ਨਾਮ ਝੋਟੀਆਂ ਦਾ, ਨੀਲੀ ਰਾਵੀ ਨਸਲ ਦਾ 10 ਰੁਪਏ, ਛੋਟੇ ਛੋਟੇ ਔਰ ਛੋਟੇ ਛੋਟੀਆਂ ਹਨ ਉਹਨਾਂ ਦੇ ਛੋਟੇ ਛੋਟੇ 10-10 ਰੁਪਏ ਨਾਮ ਨੇ, ਮਾੜੂ ਰਾਮ ਕਟਾਣੀ ਖੁਰਦ, ਗੱਜਨ ਸਿੰਘ ਕੋਟ ਗੰਗੂ ਰਾਏ 10 ਰੁਪਏ, ਆਈ ਜਾਓ ਜੀ ਕਿਰਪਾ ਕਰਕੇ।
ਗੱਜਣ ਸਿੰਘ ਓਟ ਗੰਗੂ ਰਾਏ ਮਾੜੂ ਰਾਮ ਵੱਲੋਂ ਆ ਕੇ ਲੈ ਗਿਆ ਗੱਜਣ ਸਿੰਘ ਮਾੜੂ ਰਾਮ ਫਿਰ ਨਹੀਂ ਆਇਆ ਅਜੇ ਹੁਣੇ ਤਾਂ ਲੈ ਕੇ ਗਿਆ ਇਹ ਹੌਸਲਾ ਵਧਾਈ ਦਾ ਸੁਖਦੀਪ ਸਿੰਘ ਟੇਡੇਵਾਲ ਪ੍ਰਤਾਪਗੜ੍ਹ ਸੁਖਦੀਪ ਸਿੰਘ ਪ੍ਰਤਾਪਗੜ੍ਹ ਇਸ ਤੋਂ ਅੱਗੇ ਬਲਬੀਰ ਸਿੰਘ ਕਟਾਣੀ ਖੁਰ ਦੇ ਹੌਸਲਾ ਵਧਾਏ ਬਲਬੀਰ ਸਿੰਘ ਸੁਖਦੀਪ ਸਿੰਘ ਸੁਖਦੀਪ ਸਿੰਘ ਕੋਈ ਨਹੀਂ ਉੱਥੇ ਸਾਡੇ ਪਿੰਡ ਨਹੀਂ ਚੌਥੀ ਹੈ ਚੌਥੀਆਂ ਦਾ ਮੈਚ ਤਾਂ ਨਹੀਂ ਹੈ ਇਨਾਮ ਨਹੀਂ ਨਾਲੇ ਤਾਂ ਐਸੇ ਦਿੱਤੇ ਨੇ ਜਿਹੜੇ ਤੁਸੀਂ ਲਿਖਾਏ ਨੇ ਉਹ ਲਿਖੇ ਨੇ ਕਿਸੇ ਨਾਂ ਹੋਰ ਦਾ ਲਿਖਾ ਦਿਓ ਹੌਸਲਾ ਵਧਾਈ ਦਾ ਇੱਕ ਨਾਮ ਬਲਬੀਰ ਸਿੰਘ ਕਟਾਣੀ ਖੁਰਦ ਇੱਕ ਹੋਰ ਹੈ ਹੌਸਲਾ ਵਧਾਈ ਦਾ ਨਾਮ ਹੈਗਾ ਮੱਖਣ ਰਾਮ ਕਟਾਣੀ ਖੁਰਦ ਫਿਰ ਹੋਰ ਹੌਸਲਾ ਵਧਾਈ ਦਾ ਨਾਮ ਹੈਗਾ ਅਜਮੇਰ ਸਿੰਘ ਰਾਈਆਂ ਇਹ ਤਾਂ ਮੇਰੇ ਖਿਆਲ ਆ ਗਿਆ ਹਾਂਜੀ ਇਹ ਹਰਚਰਨ ਸਿੰਘ ਨੂੰ ਹੌਸਲਾ ਵਧਾਈ 10 ਰੁਪਏ ਚਰਨ ਸਿੰਘ ਲੰਬੜਦਾਰ ਇਹ ਲੰਬੜਦਾਰ ਵਾਲੇ ਚੱਕ ਵਾਲੇ ਹੁੰਦੇ ਚਰਨ ਸਿੰਘ ਲੰਬੜਦਾਰ ਚੱਕ ਚੋਟੀਆਂ ਦੇ ਇਨਾਮ ਹੌਸਲਾ ਵਧਾਈ ਦੇ ਮੇਜਰ ਸਿੰਘ ਲੰਬੜਦਾਰ ਰਾਈਆਂ ਮੇਜਰ ਸਿੰਘ ਲੰਬੜਦਾਰ ਰਾਈਆਂ ਬੰਤ ਸਿੰਘ ਸ੍ਰੀ ਭੈਣੀ ਸਾਹਿਬ ਲੰਬੜਦਾਰ ਆ ਗਏ ਬੰਤ ਸਿੰਘ ਸ੍ਰੀ ਭੈਣੀ ਸਾਹਿਬ ਹਾਂਜੀ ਇਹ ਬੰਤ ਸਿੰਘ ਸ੍ਰੀ ਬਲੌਰ ਸਿੰਘ ਕੋਟ ਗੰਗੂ ਰਾਏ ਬਲੌਰ ਸਿੰਘ ਕੋਟ ਗੰਗੂ ਰਾਏ ਆ ਗਿਆ ਸੁਖਦੀਪ ਸਿੰਘ ਠੀਕ ਹੈ ਨਾਂ ਨਾ ਹੈ ਕੋਈ ਦਿਲਬਾਗ ਸਿੰਘ ਦਿਲਬਾਗ ਸਿੰਘ ਦਾ ਹੌਸਲਾ ਵਧਾਈ ਦਾ ਨਾਮ ਸ੍ਰੀ ਭੈਣੀ ਸਾਹਿਬ ਦਾ ਦਿਲਬਾਗ ਸਿੰਘ ਭੈਣੀ ਸਾਹਿਬ ਵਾਲੇ ਹੋ ਤੁਸੀਂ ਛੇਤੀ ਆ ਜਾ ਕਰੋ ਦਿਲਬਾਗ ਸਿੰਘ ਹੁਣ ਆਹ ਤਿੰਨ ਰਹਿ ਗਏ ਨੇ ਇੱਕ ਮਾੜੂ ਰਾਮ ਬਲਬੀਰ ਸਿੰਘ ਕਟਾਣੀ ਖੁਰ ਤੇ ਮੱਖਣ ਰਾਮ ਹਾਲੇ ਲੂਯਾ ਬਾਬਾ ਜੀ।
ਕਰਦੇ ਸਾਰੇ ਗੱਲ ਇੱਧਰ ਮਾਈਆਂ ਨਾ ਹੋਣ ਬਿਲਕੁਲ ਢਿੱਲੇਵਾਲ ਆਹ
ਚੁੱਲੇ ਵੱਲ ਰਾਜ
ਕਰਦੀਆਂ ਤੇ
ਬਿੱਲੇ ਫਲੈਸ਼ ਫੜ ਜਾ ਕੇ ਫਲੈਸ਼ ਫੜ ਕੇ ਫੜ ਕੇ
ਸਾਈਡ ਤੇ ਦਿਆਲ ਸਿੰਘ ਜੀ।